ਦੇ ਵਿੱਚ ਆਏ ਦਿਨ ਅਸੀਂ ਪੁਰਾਣੇ ਗਾਣਿਆਂ ਦੇ ਰੀਮੇਕ ਸੁਣਦੇ ਅਤੇ ਵੇਖਦੇ ਰਹਿੰਦੇ ਹਾਂ ਅਤੇ ਇਸ ਦਾ ਰੀਸੈਂਟ ਐਗਜ਼ਾਮਪਲ ਹੈ ਹਨੀ ਸਿੰਘ, ਜਿਨ੍ਹਾਂ ਨੇ ਬਾਲੀਵੁੱਡ ਫਿਲਮ ਸੋਨੂ ਕੇ ਟੀਟੂ ਕੀ ਸਵੀਟੀ ਦੇ ਵਿੱਚ ਹੰਸ ਰਾਜ ਹੰਸ ਜੀ ਦੇ ਫੇਮਸ ਗਾਣੇ ਦਿਲ ਚੋਰੀ ਅਤੇ ਟੋਟੇ ਟੋਟੇ ਹੋ ਗਿਆ ਨੂੰ ਰੀਕ੍ਰੀਏਟ ਕੀਤਾ ਸੀ, ਜਿਨ੍ਹਾਂ ਦੇ ਟਾਈਟਲ ਸਨ ਦਿਲ ਚੋਰੀ ਅਤੇ ਛੋਟੇ ਛੋਟੇ ਪੈਗ ਮਾਰ। ਤੇ ਇੱਕ ਵਾਰੀ ਫਿਰ ਇੱਕ ਹੋਰ ਸਿੰਗਰ ਨੇ ਪੁਰਾਣੇ ਪੰਜਾਬੀ ਗਾਣੇ ਨੂੰ ਰੀਕ੍ਰੀਏਟ ਕੀਤਾ ਹੈ, ਐਂਡ ਦੈਟ ਇਜ਼ ਨਨ ਅਦਰ ਦੈਨ ਆਰ ਪੰਜਾਬੀ ਗੱਭਰੂ ਆਯੁਸ਼ਮਾਨ ਖੁਰਾਨਾ, ਜਿਨ੍ਹਾਂ ਨੇ ਪੁਰਾਣੇ ਗਾਣੇ ਚੰਨ ਕਿੱਥਾ ਗੁਜ਼ਾਰੀਏ ਰਾਤ ਵੇ ਨੂੰ ਰੀਕ੍ਰੀਏਟ ਕੀਤਾ ਹੈ ਅਤੇ ਉਹਨਾਂ ਦੇ ਇਸ ਗਾਣੇ ਦਾ ਟਾਈਟਲ ਹੈ ਚੰਨ ਕਿੱਥਾ। ਉੱਥੇ ਰੀਸੈਂਟਲੀ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਦੇ ਵਿੱਚ ਆਯੁਸ਼ਮਾਨ ਖੁਰਾਨਾ ਇੱਕ ਕੌਪ ਦਾ ਰੋਲ ਪਲੇ ਕਰ ਰਹੇ ਨੇ। ਉੱਥੇ ਇਸ ਮਿਊਜ਼ਿਕ ਵੀਡੀਓ ਦੇ ਵਿੱਚ ਆਯੁਸ਼ਮਾਨ ਖੁਰਾਨਾ ਦੀ ਗਰਲਫ੍ਰੈਂਡ ਦਾ ਰੋਲ ਪਲੇ ਕੀਤਾ ਹੈ ਸਾਊਥ ਇੰਡੀਅਨ ਐਕਟ੍ਰੈਸ ਪਨੀਤਾ ਸੁਭਾਸ਼ ਨੇ। ਉੱਥੇ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਦੀ ਸ਼ੂਟ ਹੋਈ ਹੈ ਨੌਰਥ ਇੰਡੀਆ ਦੀ ਖੂਬਸੂਰਤ ਵਾਦੀਆਂ ਦੇ ਵਿੱਚ ਅਤੇ ਇਸ ਗਾਣੇ ਨੂੰ ਲਿਖਿਆ ਹੈ ਕੁਮਾਰ ਨੇ ਅਤੇ ਗਾਣੇ ਨੂੰ ਕੰਪੋਜ਼ ਕੀਤਾ ਹੈ ਰੋਚਕ ਕੋਹਲੀ ਜੀ ਨੇ। ਆਯੁਸ਼ਮਾਨ ਖੁਰਾਨਾ ਜੋ ਕਿ ਇਸ ਸਿੰਗਲ ਤੋਂ ਪਹਿਲਾਂ 4 ਸਿੰਗਲ ਹੋਰ ਵੀ ਕੱਢ ਚੁੱਕੇ ਨੇ, ਉਹਨਾਂ ਨੇ ਇਹਨਾਂ ਸਿੰਗਲਸ ਦੇ ਨਾਲ ਨਾਲ ਕਈ ਬਾਲੀਵੁੱਡ ਸੁਪਰਹਿਟ ਗਾਣੇ ਵੀ ਦਿੱਤੇ ਨੇ, ਫੋਰ ਐਗਜ਼ਾਮਪਲ ਸਾਡੀ ਗਲੀ ਅਤੇ ਤੂੰ ਹੀ ਤੂੰ। ਔਨ ਦਾ ਐਕਟਿੰਗ ਫਰੰਟ ਆਯੁਸ਼ਮਾਨ ਖੁਰਾਨਾ ਜਲਦ ਹੀ ਨਜ਼ਰ ਆਉਣਗੇ ਸ਼੍ਰੀ ਰਾਮ ਰਾਘਵਨ ਦੀ ਫਿਲਮ ਸ਼ੂਟ ਦੀ ਪਿਆਨੋ ਪਲੇਅਰ ਦੇ ਵਿੱਚ। ਔਨ ਦੈਟ ਨੋਟ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਆਯੁਸ਼ਮਾਨ ਖੁਰਾਨਾ ਵੱਲੋਂ ਰੀਕ੍ਰੀਏਟ ਕੀਤੇ ਗਏ ਇਸ ਗਾਣੇ ਬਾਰੇ ਅਤੇ ਤੁਹਾਨੂੰ ਇਹ ਗਾਣਾ ਕਿੱਦਾਂ ਦਾ ਲੱਗਾ। ਨਾਲ ਹੀ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਦੱਸੋ ਕਿ ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਬਾਲੀਵੁੱਡ ਫਿਲਮ ਦੇ ਲਈ ਤੁਸੀਂ ਕਿੰਨਾ ਕੁ ਵੇਟ ਕਰ ਰਹੇ ਹੋ। ਅਤੇ ਇਹੋ ਜਿਹੀਆਂ ਇੰਟਰਸਟਿੰਗ ਨਿਊਜ਼ ਦੇ ਲਈ ਗੱਭਰੂ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ ਅਤੇ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।